ਮੈਂ ਫੋਨ ਆਇਆ ਤੁਹਾਡਾ ਐਕਸੀਡੈਂਟ ਹੋ ਗਿਆ ਕਹਿੰਦੇ ਆਟੋ ਦੇ ਵਿੱਚ ਬੈਠੇ ਮਗਰੋਂ ਗੱਡੀ ਆਈ ਆ ਪਿੰਡ ਮਗਰੋਂ ਸੌਖਾ ਆਇਆ मेरी गड्डी का हैंडल भी टूट गया है सवारियां भी थोड़ी उसका लगी है ठीक है तो पिछले भी सारा मतलब गड्डी पूरी कंडम हो चुकी है तो मैं यही मेरा रोजगार है डेली कमाउन खाने वाला यही भी मैं तो मेरा पुलिस ने तुम्हें क्या आश्वासन दिता हाँ जी पुलिस ने तुम्हें क्या आश्वासन दिता वो कहते पे भी हूँ लैके जावे कार्रवाई होगी फिर उसके बाद गड्डी तो यही रफ्तार नाल सी हाँ जी गड्डी बहुत रफ्तार ट्रैफिक रेड लाइट तो रुके हाँ जी रेड लाइट तो रुके रवि कुमार जी की गल की हुई है यार पिछों कार वाला आया मैं रेड लाइट अगे ही रेड बहुत स्पीड से गई एक गड्डी मार के बाद एक गड्डी पहले बस बची फिर लिफ्ट बची फिर कार दो गड्डी और आटो च बचे केड़ी जगह से एक्सीडेंट होया ਤੁਹਾਡਾ ਬੋਰਸ ਚੌਂਕ ਗੱਡੀ ਮਗਰ ਆਪਣਾ ਗੱਡੀ ਕਿੱਦਾਂ ਬਚੀਗਾ ਗੱਡੀ ਤੇਜ਼ ਹੀ ਜਾਂ ਕਿੱਦਾਂ ਤੇਜ਼ ਹੀ ਬਹੁਤ ਜ਼ਿਆਦਾ ਗੱਡੀ ਦਾ ਵੇਖ ਲਓ ਕੀ ਕੀ ਹਾਲ ਆ ਜੀ ਤੇ ਆਪਣਾ ਜਿਹੜੀ ਪੁਲਿਸ ਆਈ ਪੁਲਿਸ ਨੇ ਤੁਹਾਨੂੰ ਕੀ ਸ਼ਾਸਨ ਦਿੱਤਾ ਕੋਈ ਵੀ ਗੱਲਬਾਤ ਕਰਨ ਦੇ ਕੇ ਗੱਡੀ ਵਾਲਾ ਜਿਹਨੇ ਗੱਡੀ ਮਾਰੀ ਗੱਡੀ ਵਾਲਾ ਕੀ ਕਹਿ ਰਿਹਾ ਉਹ ਵੀ ਹਲੀ ਉਹਨਾਂ ਕਹਿੰਦੇ ਮੇਰੇ ਘਰ ਤੇ ਆ ਰਹੇ ਹੋ ਟਾਇਰ ਲੱਪਿਆ ਗਿਆ ਬ੍ਰੇਕ ਦੀ ਜਗ੍ਹਾ ਤੇ ਉਹ ਯਕਦਮ ਉਹ ਕਾਰ ਜਿਹੜੀ ਅੱਗੇ ਹੈ ਆਟੋ ਦੇ ਜੀ ਜਿਹਦੇ ਨਾਲ ਉਹ ਦੋ ਆਟੋਆਂ ਨੂੰ ਨੁਕਸਾਨ ਹੋਇਆ ਕਿੰਨੀਆਂ ਗੱਡੀਆਂ ਟਕਰਾਈਆਂ ਉਹ ਕਾਰ ਹੈ ਦੋ ਆਟੋ ਕਾਰ ਵਜੀ ਹੈ ਇੱਕ ਆਟੋ ਤੇ ਉਹ ਆਟੋ ਦੂਜੇ ਆਟੋ ਤੇ ਵਜਿਆ ਉਹਦੇ ਨਾਲ ਜਿਹੜਾ ਨੁਕਸਾਨ ਹੋਇਆ ਕਾਰ ਡਰਾਈਵਰ ਦਾ ਕੀ ਕਹਿਣਾ ਕਾਰ ਡਰਾਈਵਰ ਅਜੇ ਉਹਨੂੰ ਵੀ ਸੱਟ ਲੱਗੀ ਹੈ ਥੋੜ੍ਹੀ ਉਹਨੂੰ ਅਜੇ ਲੈ ਗਏ ਟ੍ਰੀਟਮੈਂਟ ਸਾਡੇ ਆਉਣ ਤੋਂ ਪਹਿਲਾਂ ਲੈ ਗਏ ਕੀ ਕਰ ਰਹੇ ਕਾਰ ਆਟੋ ਚਾਲਕ ਦੁਆਰਾ ਕਿਹਾ ਜਾ ਰਿਹਾ ਕਿ ਸਰ ਡਰਾਈਵਰ ਨੇ ਸ਼ਰਾਬ ਪੀਤੀ ਸੀ ਡਰਿੰਕ ਕੀਤੀ ਹੋਈ ਹੈ ਅਸੀਂ ਕਹੇ ਜਾਣਦੇ ਨਹੀਂ ਬਾਕੀ ਉਹ ਅਸੀਂ ਚੱਲੇ ਉਹਦਾ ਪਤਾ ਲੈਣ ਤੇ ਦੱਸੋ ਆਟੋ ਵਾਲਾ ਨੂੰ ਵਿੱਚ ਹੀ ਕਾਰ ਉਹਨਾਂ ਨੂੰ ਸੱਟ ਲੱਗੀ ਹੈ ਕਿ ਆਟੋ ਕੱਟ ਕੇ ਜੇ ਨੂੰ ਕੋਈ ਲੱਗੀ ਸਰ ਕਹਿੰਦੇ ਕਿ ਨੁਕਸਾਨ ਹੋਇਆ ਇਹ ਪਤਾ ਨਹੀਂ ਕਿ ਕਿਸ ਤਰ੍ਹਾਂ ਸਕੀ ਦੇ